ਨੀਤੀ ਤੇ ਕੋਈ ਨਹੀਂ ਅੱਜ ਅਸੀਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬਾਂ ਦੇ ਅਜਨਾਲੇ ਦੇ ਵਿੱਚ ਸੰਗਤਾਂ ਦੇ ਦਰਸ਼ਨ ਕਰਾਂਗੇ ਅਮਰ ਸੰਚਾਰ ਹੋਊਗਾ ਤੇ ਉਸ ਤੋਂ ਬਾਅਦ ਆਪਣੇ ਸਿੰਘ ਨੂੰ ਲੈ ਕੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਾਂਗੇ कोई ढाल नहीं बनाया गया। देखो गुरु ग्रंथ साहिब नूं ढाल बनाउण दी कीड़ी गल है, बरगाड़ी मोर्चे गुरु ग्रंथ साहिब महाराज सी उदों इन्हां ने उत्थे पाणी दीआं मशानां चलातीआं गंदे पाणी दीआं। दिल्ली मोर्चे महाराज दा किन्नी थां ते प्रकाश होया सी, चंडीगढ़ मोर्चे महाराज दा प्रकाश है। असीं ढाल क्यों बनाया, मैं पालकी साहिब तों आप अगे उतर के आया सी, पालकी साहिब तों अगे संगत सी। ढाल जे तां बनाया होवे जे असीं पालकी नूं अगे तोरिया होवे। इह कहिंदे तुसीं अपनी गड्डी नहीं लई गई, इहनां सवाल कीता। अज तक वीर तुसीं कवर कीती है, कदी मैनूं अगे देखिआ पालकी दा तुसीं? कल मैं पालकी ते पहली वार अगे आया, ਉਹ ਸਿਰਫ ਇਸ ਕਰਕੇ ਆਇਆ ਕਿ ਜਦੋਂ ਉਹਨਾਂ ਨੇ ਡਾਂਗਾ ਚਲਾਈਆਂ ਪੁਲਿਸ ਨੇ ਤੇ ਮੈਂ ਆਪਣੀ ਗੱਡੀ 'ਚ ਉੱਤਰ ਕੇ ਆਪ ਅੱਗੇ ਆਇਆ ਕਿ ਜੇ ਡਾਂਗਾ ਵੱਜਣ ਤੋਂ ਪਹਿਲਾਂ ਮੇਰੇ ਵੱਜਣ, ਕੋਈ ਗੱਲ ਨਹੀਂ ਸੰਗਤਾਂ ਦੇ ਨਾ ਵੱਜਣ। ਸੋ ਇਹ ਜਿਹੜਾ ਸਿੱਖ ਹਮੇਸ਼ਾ ਜੰਗਾਂ ਯੁੱਧਾਂ 'ਚ ਮਹਾਰਾਜ ਦਾ ਸਰੂਪ ਲੈ ਕੇ ਜਾਂਦੇ ਰਹੇ ਨੇ, ਵਰਲਡ ਵਾਰਾਂ 'ਚ ਲੈ ਕੇ ਜਾਂਦੇ ਨੇ। ਸੋ ਜਦੋਂ ਐਮਰਜੈਂਸੀ ਲੱਗੀ ਹੈ, ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਨੇ 37 ਜਲੂਸ ਕੱਢੇ ਆ, ਹੁਣ ਐਮਰਜੈਂਸੀ 144 ਧਾਰਾ ਲੱਗੀ ਹੁੰਦੀ ਹੈ, ਉਦੋਂ ਨਗਰ ਕੀਰਤਨ ਕੱਢਣਾ ਗੁਰੂ ਗ੍ਰੰਥ ਸਾਹਿਬ ਨੂੰ, ਉਦੋਂ ਕੋਈ ਕਹੂਗਾ ਢਾਲ ਬਣਾਇਆ? ਸੰਤ ਭਿੰਡਰਾਂਵਾਲੇ ਨੇ ਅੰਦਰ ਜੰਗ ਲੜੀ ਹੈ, ਕੋਈ ਕਹੂ ਗੁਰੂ ਘਰ ਨੂੰ ਢਾਲ ਬਣਾਇਆ? ਇਹ ਜਿਹੜੇ ਬੰਦੇ ਗੱਲ ਕਰਦੇ ਨੇ ਉਹਨਾਂ ਨੂੰ ਮੇਰੇ ਨਾਲ ਵੈਸੇ ਪ੍ਰੋਬਲਮ ਹੈ, ਉਹਨਾਂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਮੇਰਾ ਕ੍ਰਿਟਿਸਿਜ਼ਮ ਕਰਨਾ ਹੈ। ਉਹ ਕਹਿੰਦੇ ਨੇ ਖਾਂਦੇ ਦੀ ਦਾੜੀ ਜਲਦੀ, ਉਹਨਾਂ ਦਾ ਉਹ ਕੰਮ ਹੈ। ਭਾਈ ਸਾਹਿਬ ਪੁਲਿਸ ਬੜੀ ਛੇਤੀ ਮੰਨ ਗਈ ਪਰਚਾ ਰੱਦ ਕਰਨ ਖੜੋ, ਤੇ ਕੀ ਲੱਗਦਾ ਤੁਹਾਨੂੰ ਕੀ ਪੁੱਛਾ? ਨਹੀਂ ਇਹ ਡਰ ਕੇ ਨਹੀਂ, ਇਟਸ ਲੈਕ ਆਫ ਐਵੀਡੈਂਸ ਸੀ, ਤੇ ਜਿਹੜਾ ਐਵੀਡੈਂਸ ਅਸੀਂ ਦਿੱਤਾ ਉਹਨਾਂ ਨੂੰ, ਜਿਹੜਾ ਅਸੀਂ ਕਹਿ ਰਹੇ ਸੀ ਵੀ ਚੈੱਕ ਕਰੋ, ਇਹ ਪੋਲੀਟੀਕਲ ਪਰਚਾ ਸੀ। ਜੇ ਰੀਅਲ ਪਰਚਾ ਹੁੰਦਾ ਤੇ ਪੁਲਿਸ ਨੂੰ ਐਡੀ ਛੇਤੀ ਮੰਨਣ ਦੀ ਲੋੜ ਨਹੀਂ ਸੀ, ਪਰ ਜੇ ਜਦੋਂ ਪਰਚੇ 'ਚ ਹੈ ਹੀ ਕੁਛ ਨਹੀਂ ਸੀ, ਪਰਚਾ ਜਿਹੜੀ ਧਰ, ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਤੇ ਇਹੋ ਜਿਹਾ ਪਰਚਾ ਕਰਦੇ, ਤੁਹਾਨੂੰ ਵੈਸੇ ਹੀ ਸ਼ਰਮ ਆਉਣੀ ਚਾਹੀਦੀ ਹੈ ਕਿ ਮੈਂ ਕੋਈ ਇਹੋ ਜਿਹਾ ਕੰਮ ਕਰੂੰਗਾ ਜਿਹੜਾ ਤੁਸੀਂ ਮੇਰੇ ਤੇ ਪਰਚਾ ਕਰ ਦਿੱਤਾ। ਪਰ ਉਹ ਚਲੋ ਠੀਕ ਹੈ, ਉਹਨਾਂ ਨੇ ਮੰਨ ਲਿਆ, ਵਧੀ ਗੱਲ। ਭਾਈ ਸਾਹਿਬ ਕੱਲ੍ਹ ਵੱਡੇ ਪੱਧਰ 'ਤੇ ਸਿੱਖ ਸੰਗਤ ਪਹੁੰਚੀ, ਪੂਰੇ ਪੰਜਾਬ ਤੋਂ ਪਹੁੰਚੀ ਸੀ, ਇੱਕ ਆਵਾਜ਼ 'ਤੇ ਲੋਕ ਪਹੁੰਚਦੇ ਨੇ ਕਿ ਇਸੇ ਤਰ੍ਹਾਂ ਹੀ ਜੇ ਤੁਸੀਂ ਆਵਾਜ਼ ਲਾਉਂਦੇ ਹੋ ਪੰਜਾਬ 'ਚੋਂ ਨਸ਼ਾ ਖਤਮ ਨਹੀਂ ਹੋ ਸਕਦਾ, ਮੈਂ ਕਰ ਰਿਹਾ, ਬੇਅਦਬੀ ਦਾ ਇਨਸਾਫ ਨਹੀਂ ਮਿਲ ਸਕਦਾ? ਮੈਂ ਕਰ ਰਿਹਾ ਜੀ, ਦੇਖੋ ਜਿੰਨੀ ਮੇਰੇ ਵੱਸਦਾ ਮੈਂ ਕਰ ਰਿਹਾ। ਨੌਜਵਾਨ ਨਸ਼ੇ ਛੱਡ ਰਹੇ ਨੇ, ਨੌਜਵਾਨ ਸਾਡੇ ਕੋਲ ਵੀ ਆ ਰਹੇ ਨੇ, ਨੌਜਵਾਨ ਅੰਮ੍ਰਿਤ ਵੀ ਛਕਣੇ, ਅੱਜ ਵੀ ਅੰਮ੍ਰਿਤ ਛਕਣਾ ਹੈ। ਦੇਖੋ ਮੈਂ ਸਰਕਾਰ ਨਹੀਂ, ਮੈਂ ਚੁਣਿਆ ਹੋਇਆ ਨੁਮਾਇੰਦਾ ਨਹੀਂ ਲੋਕਾਂ ਦਾ, ਮੈਨੂੰ ਟੈਕਸ ਨਹੀਂ ਮਿਲ ਰਿਹਾ, ਪਰ ਮੈਂ ਜੋ ਕਰ ਰਿਹਾ ਸੰਗਤ ਦੇ ਸਹਿਯੋਗ ਨਾਲ ਕਰ ਰਿਹਾ, ਜਿੰਨਾ ਕਿ ਮੇਰੇ ਕੋਲ ਹੁੰਦਾ ਮੈਂ ਕਰਦਾ। ਸਤਿਗੁਰੂ ਦੀ ਜਿੰਨੀ ਸੇਵਾ ਲੈਣੀ ਉਹਨੀ ਲੈਣੀ ਹੈ। ਸੋ ਮੈਂ ਨਾ ਹੀ ਆ ਉਹ ਸਾਰੇ ਉਹਦੀ ਕੰਡੈਮ ਕਰ ਰਹੇ ਵੀ ਇਹ ਘਟਨਾ ਜਿਹੜੀ ਮਾੜੀ ਹੋਈ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਹਿੰਦਾ ਚੰਗੀ ਗੱਲ ਹੈ ਵੀ ਜਿਹੜੇ ਕੰਡੈਮ ਕਰ ਰਹੇ ਨੇ, ਪਰ ਉਹਨਾਂ ਨੂੰ FIR ਵੀ ਕੰਡੈਮ ਕਰਨੀ ਚਾਹੀਦੀ ਸੀ। ਫੇਕ FIR ਜਦੋਂ ਕੰਡੈਮ ਨਹੀਂ ਕਰਦੇ, ਸਿੱਖਾਂ ਨੂੰ ਕੁੱਟਮਾਰ ਪਵੇ ਤੇ ਜਾਂ ਥਾਣਿਆਂ ਦੇ ਵਿੱਚ ਜਲੀਲ ਹੋਣ, ਉਦੋਂ ਕੰਡੈਮ ਨਹੀਂ ਕਰਨਾ। ਜਦੋਂ ਸਿੱਖ ਆਪਣਾ ਹੱਕ ਲੈਣ ਦੁਰਪਣ ਫੇਰ ਕੰਡੈਮ ਕਰਨ ਦੁਰਪਣ, ਇਹ ਗਲਤ ਗੱਲ ਹੈ। ਥਾਣੇ ਤੇ ਕਬਜ਼ਾ ਕਰਨ ਦੀ ਜਿਹੜੀ, ਕੋਈ ਕਬਜ਼ਾ ਨਹੀਂ ਹੋਇਆ ਥਾਣੇ, ਤੁਸੀਂ ਦੱਸੋ ਥਾਣੇ 'ਚ ਕਿਹਨੂੰ ਬਾਹਰ ਕੱਢਿਆ ਗਿਆ? ਕਬਜ਼ਾ ਹੁੰਦਾ ਜਿੱਥੇ ਤੁਸੀਂ ਆਪਣੀ ਇਸਟੈਬਲਿਸ਼ਮੈਂਟ ਕਰ ਲਈ। ਅਸੀਂ ਥਾਣੇ ਜਾ ਕੇ ਬੈਠੇ ਹਾਂ, ਥਾਣੇ ਦੇ ਜਿਹੜੇ ਰਿਸਪੈਕਟਡ ਬੰਦੇ ਸੀ ਸਾਰੇ ਆਫੀਸਰਸ, ਉਹ ਆਣ ਕੇ ਲਾਗੇ ਬੈਠੇ ਸੀ। ਕਿਹੜਾ ਕਬਜ਼ਾ ਹੋਇਆ? ਮੈਂ ਕੋਈ ਐਸ ਐਚ ਜੀ ਸੀਟ 'ਤੇ ਬੈਠਾ? ਕੋਈ ਇੱਕ ਪਿਕਚਰ ਦਿਖਾ ਦਿਓ ਜੇ ਮੈਂ ਐਸ ਐਚ ਜੀ ਸੀਟ 'ਤੇ ਬੈਠਾ ਹਾਂ। ਮੈਂ ਸਰਕਾਰੀ ਕੁਰਸੀ 'ਤੇ ਕਦੇ ਵੀ ਨਹੀਂ ਬਹਿੰਦਾ। ਜਿਹੜੀ ਕੱਲ੍ਹ ਘਟਨਾ ਹੋਈ ਆ ਉਹਨੂੰ ਐਸ ਐਚ ਜੀ ਕਿਸ ਨਜ਼ਰ ਨਾਲ ਵੇਖਦੇ? ਮੈਂ ਜਿਹੜੀ ਕੱਲ੍ਹ ਘਟਨਾ ਹੋਈ ਹੈ ਮੈਂ ਉਹਨੂੰ ਵੇਖਦਾ ਵੀ ਉਹਨੂੰ ਅਵੋਇਡ ਕੀਤਾ ਜਾ ਸਕਦਾ ਸੀ ਜੇ ਪ੍ਰਸ਼ਾਸਨ ਪਹਿਲਾਂ ਐਕਟਿਵ ਹੋ ਕੇ ਇਹਨੇ ਪੋਲੀਟੀਕਲ ਪ੍ਰੈਸ਼ਰ 'ਚ ਨਾ ਆਉਂਦਾ ਤੇ ਆਪਣਾ ਕੰਮ ਸਹੀ ਤਰੀਕੇ ਨਾਲ ਕਰਦਾ। ਪਹਿਲਾਂ ਪੁਲਿਸ ਵਾਇਲੈਂਟ ਹੋਈ, ਤੁਹਾਡੇ ਕੋਲ ਵੀਡੀਓ ਐਵੀਡੈਂਸ ਹੈ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਕੋਈ ਨਿਹੰਗ ਸਿੰਘਾਂ ਨੇ ਮੀਡੀਆ ਨੂੰ ਕਾਫੀ ਮੰਦੀ ਸ਼ਬਦਾਂ ਦੇਖੋ। ਮੈਂ ਇਹ ਗੱਲ ਕਈ ਵਾਰ ਪਤਾ ਕੀ ਹੁੰਦਾ ਹੈ, ਜਦੋਂ ਸੰਗਤ ਹੁੰਦੀ ਹੈ ਨਾ, ਮੈਨੂੰ ਨਹੀਂ ਪਤਾ ਕਿਹਨਾਂ ਨੇ ਕੀ ਬੋਲ ਦਿੱਤਾ, ਮੈਂ ਹਰ ਇੱਕ ਬੰਦੇ ਦੀ ਰਿਸਪੋਂਸਿਬਿਲਟੀ ਨਹੀਂ ਚੱਕ ਸਕਦਾ। ਪਰ ਜਿਨ੍ਹਾਂ ਨੇ ਵੀ ਬੋਲੀ ਹੈ, ਜੇ ਬਿਨਾਂ ਵਜ੍ਹਾ ਤੋਂ ਬੋਲੀ ਹੈ ਤਾਂ ਮਾੜੀ ਗੱਲ ਹੈ, ਜੇ ਕੋਈ ਉਹਦੀ ਵਜ੍ਹਾ ਹੈ ਤਾਂ ਮਾੜੀ ਸ਼ਬਦਾਵਲੀ ਬੋਲਣ ਦੀ ਥਾਂ ਕੋਈ ਆਪਣੀ ਗੱਲ ਤਰਕ ਦਲੀਲ ਨਾਲ ਰੱਖਣੀ ਚਾਹੀਦੀ ਹੈ।